14 ਜੁਲਾਈ 2023 ਨੂੰ ਉਹਦੀ ਮੈਰਿਜ ਕਰੀ ਸੀਗੀ ਸਾਡੇ ਬੱਚੇ ਨਾਲ ਉਹਨਾਂ ਨੇ, ਅਤੇ ਉਸ ਤੋਂ ਬਾਅਦ ਅਸੀਂ ਉਹ ਕਨੇਡਾ ਨੂੰ ਜਹਾਜ਼ ਚੜ੍ਹਾ ਤੀ, ਅਤੇ ਉਸ ਤੋਂ ਬਾਅਦ ਸਾਡੇ ਨਾਲ ਫਿਰ ਉਹਨੇ ਹੌਲੀ ਹੌਲੀ ਗੱਲ ਕਰਨੀ ਘਟਾ ਦਿੱਤੀ ਸਾਰੀ, ਕੁੜੀ ਦੇ ਮਾਂ ਪਿਓ ਨਾਲ ਵੀ ਗੱਲਬਾਤ ਕੀਤੀ ਇਸੇ ਮਸਲੇ ਵਿੱਚ ਵੀ ਕੀ ਚੱਕਰ ਕੀ ਆ, ਉਹ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ, ਸਾਨੂੰ ਤਾਂ ਇਹ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਰਕਾਰ ਨੂੰ, ਅਸੀਂ ਇਹੀ ਅਪੀਲ ਕਰਦੇ ਹਾਂ। ਕਹਿੰਦੇ ਸਾਡੀ ਕੁੜੀ ਦਾ ਤਾਂ ਜੀ ਨਹੀਂ ਕਰਦਾ, ਬਸ ਉਹ ਇਹੀ ਕਹੀ ਜਾਂਦੇ ਸੀ ਹਰੇਕ ਨੂੰ, ਉਹਨਾਂ ਦੀ ਟੈਨਸ਼ਨ ਕਰਕੇ ਤਾਂ ਉਹਨਾਂ ਨੇ ਉਹ ਕਰ ਲਿਆ, ਖੁਦਕੁਸ਼ੀ ਕੀਤੀ ਆ। ਬਰਨਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਲੜਕੇ ਦੇ ਦਾਦੇ ਵੱਲੋਂ ਇਹ ਦੁੱਖ ਝੱਲਿਆ ਨਾ ਗਿਆ ਅਤੇ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਕਿ ਦਾਦੇ ਨੇ ਆਪਣੀ ਨੂੰਹ ਦੇ ਸਿਰ ਚੜ੍ਹ ਕੇ ਇਹ ਖੌਫਨਾਕ ਕਦਮ ਚੁੱਕਿਆ ਕਿਉਂਕਿ ਉਹਨਾਂ ਨੇ ਕਾਫੀ ਪੈਸੇ ਲਾ ਕੇ ਵਿਦੇਸ਼ ਭੇਜੀ ਸੀ ਨੂੰਹ, ਪਰ ਉੱਥੇ ਜਾ ਕੇ ਉਹ ਮੁੱਕਰ ਗਈ, ਪਹਿਲਾਂ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਫਿਰ ਪਰਿਵਾਰ ਦੇ ਨਾਲ ਵੀ ਪੂਰਾ ਸੰਪਰਕ ਤੋੜ ਦਿੱਤਾ। ਅਤੇ ਦੱਸਿਆ ਜਾ ਰਿਹਾ ਕਿ 30 ਲੱਖ ਲਾ ਕੇ ਨੂੰਹ ਨੂੰ ਵਿਦੇਸ਼ ਭੇਜਿਆ ਸੀ ਅਤੇ ਉੱਥੇ ਜਾ ਕੇ ਉਹ ਮੁੱਕਰ ਗਈ, ਅਤੇ ਇਸਦੇ ਦੌਰਾਨ ਦਾਦੇ ਦੇ ਵੱਲੋਂ ਇਹ ਕਦਮ ਚੁੱਕਣ ਦੇ ਕਾਰਨ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਬਾਬਤ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਕੀ ਨਾਮ ਆ ਅਤੇ ਤੁਹਾਡੇ ਕੀ ਲੱਗਦੇ ਸੀ? ਮੇਰਾ ਨਾਮ ਜੀ ਸੰਦੀਪ ਸਿੰਘ, ਮੇਰੇ ਭਤੀਜਾ ਸੀਗੇ ਜਿਹੜੇ ਅਸੀਂ ਉਹ ਕੀਤਾ ਸੀਗਾ ਵਿਦੇਸ਼ ਜਾ ਰਹੇ ਸੀ, ਉਹਦੀ ਬਹੂ ਲਈ ਅਸੀਂ ਸਾਡੀ ਭਤੀਜ ਨੂੰ ਸੀਗੀ ਮੇਰੀ, ਅਤੇ ਉਹਨੇ ਸਾਡੇ ਨਾਲ ਅਸੀਂ 14 ਜੁਲਾਈ 2023 ਨੂੰ ਉਹਦੀ ਮੈਰਿਜ ਕਰੀ ਸੀਗੀ ਸਾਡੇ ਬੱਚੇ ਨਾਲ ਉਹਨਾਂ ਨੇ। ਕਿਹੜੇ ਪਿੰਡ ਕੀਤੀ ਸੀ? ਇੱਥੇ ਗਈ ਸੀ ਬਰਾਤ, ਖਿਜਰਾਬਾਦ ਗਈ ਸੀ ਜੀ, ਆਪਣੇ ਕਰਾਲੀ ਤੋਂ 15 ਕਿਲੋਮੀਟਰ ਪੈਂਦਾ ਬਲਾਕ ਮਾਜਰੀ ਕੋਲ ਨੂੰ ਖਿਜਰਾਬਾਦ ਪਿੰਡ। ਕੀ ਨਾਮ ਸੀ ਲੜਕੀ ਦੇ ਪਿਤਾ ਦਾ? ਤਰਲੋਚਨ ਸਿੰਘ ਬਿੱਟੂ, ਉਹਨਾਂ ਦੀ ਫੋਟੋਗ੍ਰਾਫਰ ਦੀ ਦੁਕਾਨ ਆ, ਅਤੇ ਅਸੀਂ ਉੱਥੇ ਬਰਾਤ ਲੈ ਗਏ 20 ਬੰਦੇ, ਅਤੇ 20 ਬੰਦੇ ਹੀ ਚੁੰਨੀ ਚੜ੍ਹਾ ਕਰਕੇ ਲੈ ਕੇ ਆਏ ਸੀਗੇ ਉਹਨਾਂ ਦਾ, ਅਤੇ ਜਦੋਂ 32-33 ਦਿਨ ਸਾਡੇ ਕੋਲ ਰਹੀ ਆ ਬਹੂ ਉਰੇ ਕੁੜੀ ਉਹ, ਅਤੇ ਉਸ ਤੋਂ ਬਾਅਦ ਅਸੀਂ ਉਹ ਕਨੇਡਾ ਨੂੰ ਜਹਾਜ਼ ਚੜ੍ਹਾ ਤੀ, ਅਤੇ ਉੱਥੇ 2 ਕੁ ਮਹੀਨੇ ਫਿਰ ਸਾਡੇ ਉੱਥੇ ਰਹੀ ਆ, 2 ਕੁ ਮਹੀਨੇ ਸਾਡੇ ਨਾਲ ਵਧੀਆ ਗੱਲਬਾਤ ਕਰਦੀ ਰਹੀ ਆ, ਅਸੀਂ ਚਲੋ ਗੱਲ ਤਾਂ ਉਹ ਰੁੱਖੇਪਣ 'ਚ ਕਰਦੀ ਸੀਗੀ, ਫਿਰ ਵੀ ਅਸੀਂ ਉਹ ਚਲ ਸਾਨੂੰ ਐਂ ਦੀ ਵੀ ਚਲੋ ਬੱਚੇ ਦਾ ਮਾਇੰਡ ਹੁੰਦਾ ਕੁਛ ਇੱਦਾਂ ਦਾ ਹੀ, ਵੀ ਕੋਈ ਗੱਲ ਨਹੀਂ, ਕਈ ਵਾਰ ਨਹੀਂ ਵੀ ਦਿਲ ਲੱਗਦਾ ਹੈਗਾ ਬਾਹਰ ਗਏ ਦਾ, ਫਿਰ ਅਸੀਂ ਕੋਈ ਗੱਲ ਨਹੀਂ, ਅਸੀਂ ਇਹੀ ਗੱਲ ਸੋਚੀ ਗਏ ਵੀ ਚਲੋ ਬੱਚਾ ਤਾਂ ਕਰਕੇ ਨਹੀਂ ਗੱਲ ਸਹੀ ਤਰੀਕੇ ਨਾਲ ਕਰਦਾ ਹੈਗਾ, ਅਤੇ ਉਸ ਤੋਂ ਬਾਅਦ ਸਾਡੇ ਨਾਲ ਫਿਰ ਉਹਨੇ ਹੌਲੀ ਹੌਲੀ ਗੱਲ ਕਰਨੀ ਘਟਾ ਦਿੱਤੀ ਸਾਰੀ, ਚਲੋ ਸਾਡੇ ਭਾਬੀ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਵੀ ਭਾਈ ਕੀ ਗੱਲ ਆ, ਫਿਰ ਕੁੜੀ ਦੇ ਮਾਂ ਪਿਓ ਨਾਲ ਵੀ ਗੱਲਬਾਤ ਕੀਤੀ ਇਸੇ ਮਸਲੇ ਪਿੱਛੇ ਵੀ ਕੀ ਚੱਕਰ ਕੀ ਆ, ਉਹ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ, ਫਿਰ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ, ਉਹ ਸਾਨੂੰ ਕੁੜੀ ਦਾ ਪਿਓ ਕਹਿੰਦਾ ਕਰੇ ਵੀ ਚਲੋ ਤੁਸੀਂ ਇੱਦਾਂ ਕਰੋ ਆਪਣੇ ਬੱਚੇ ਦੀ ਤਿਆਰੀ ਕਰੋ, ਵੀ ਤੁਸੀਂ ਆਪਣੀਆਂ ਫੋਟੋਆਂ ਵਗੈਰਾ ਦਾ ਇੰਤਜ਼ਾਮ ਕਰੋ, ਨਾ ਉੱਥੇ ਫੈਲਦਾ ਉਹ ਕਰੋ ਤਿਆਰੀ, ਅਤੇ ਸਾਨੂੰ ਅਸੀਂ ਉਹਨਾਂ ਨੂੰ ਜਦੋਂ ਵੀ ਕਹਿੰਦੇ ਸੀਗੇ ਵੀ ਚਲੋ ਤੁਸੀਂ ਐਂ ਕਰੋ ਵੀ ਸਾਨੂੰ ਫੋਟੋਆਂ ਦੇਵੋ ਜੋ ਮੈਰਿਜ ਦੀਆਂ ਨੇ ਵੀ ਅਸੀਂ ਉੱਥੇ ਲਾਉਣੀਆਂ ਨੇ, ਉੱਥੇ ਜਦੋਂ ਕੁੜੀ ਬਾਹਰ ਜਾਂਦਾ ਬੱਚਾ ਕੋਈ ਵੀ ਕਿਸੇ ਦਾ ਮੁੰਡਾ, ਅਤੇ ਉਹ ਤੁਹਾਨੂੰ ਪਤਾ ਉਹਦਾ ਰਿਕਾਰਡ ਚਾਹੀਦਾ ਹੁੰਦਾ, ਫੋਟੋਗ੍ਰਾਫੀ ਵਗੈਰਾ, ਰਿਕਾਰਡਿੰਗ ਵਗੈਰਾ, ਜੋ ਵਟਸਐਪ 'ਤੇ ਚੈਟ ਵਗੈਰਾ, ਉਹ ਫਿਰ ਸਾਡੇ ਕੋਲ ਹੈ ਨਹੀਂ ਸੀ, ਅਸੀਂ ਉਹਨਾਂ ਨੂੰ ਬਥੇਰਾ ਜੋਲਾ ਵੀ ਸਾਡੇ ਕੋਲ ਫੋਟੋਆਂ ਨਹੀਂ, ਫੋਟੋਆਂ ਵੀ ਸਾਨੂੰ ਇਹੀ ਕਹਿੰਦੇ ਰਹੇ ਵੀ ਸਾਡਾ ਲੈਪਟਾਪ ਖਰਾਬ ਹੋ ਗਿਆ, ਜਦੋਂ ਲੈਪਟਾਪ ਬਾਰੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਰਦਾਰ ਜੀ ਵੀ ਲੈਪਟਾਪ ਜੇ ਖਰਾਬ ਹੋਇਆ ਤਾਂ ਕੋਈ ਗੱਲ ਨਹੀਂ, ਵੀ ਜਿੰਨੇ ਪੈਸੇ ਲੱਗਣਗੇ ਲਾ ਦਿਉ ਵੀ ਮੈਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਪੈਸੇ ਮੈਂ ਦੇ ਦੂੰਗਾ, ਠੀਕ ਆ, ਆਪਣੇ ਕੋਲੋਂ ਵੀ ਲੈਪਟਾਪ ਠੀਕ ਕਰਵਾ ਲਓ, ਵੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਦੋਨਾਂ ਧਿਰਾਂ ਦੀ ਦਾ ਆਪਣੀ ਦਾ। ਫਿਰ ਸੁੱਚਾ ਸਿੰਘ ਜਿਹੜੇ ਕਿ ਕਿਵੇਂ ਕੀ ਕਾਰਨ ਲਿਆ ਕਿ ਉਹਨਾਂ ਦੀ ਖੁਦਕੁਸ਼ੀ ਕਰਨੀ ਪਈ? ਉਹ ਬਸ ਇਸੇ ਟੈਨਸ਼ਨ 'ਚ ਰਹਿੰਦੇ ਸੀਗੇ, ਉਹ ਟੈਨਸ਼ਨ 'ਚ ਇਸਦੇ 'ਚ ਰਹਿੰਦੇ ਸੀਗੇ ਵੀ ਮੇਰੇ ਫਾਦਰ ਸੀਗੇ ਸੁੱਚਾ ਸਿੰਘ, ਅਤੇ ਉਹਨਾਂ ਨੂੰ ਬਸ ਇਹੀ ਟੈਨਸ਼ਨ ਰਹਿੰਦੀ ਸੀ ਵੀ ਉਹਨਾਂ ਨੇ ਵੀ ਮੇਰੀ ਵੀ ਨਹੀਂ ਮੰਨੀ, ਮੇਰੇ ਤੋਂ ਡੈਡੀ ਦੇ ਉਹਨਾਂ ਨੇ ਵੀ ਬਹੁਤ ਉਹਨਾਂ ਨੂੰ ਹੱਥ ਜੋੜੇ, ਕੁੜੀ ਦੇ ਫਾਦਰ ਨੂੰ, ਕੁੜੀ ਦੇ ਚਾਚੇ ਨੂੰ, ਵੀ ਤੁਸੀਂ ਇੱਦਾਂ ਨਾ ਕਰੋ, ਤੁਹਾਡੇ ਨਾਲ ਧੋਖਾ ਵੀ ਦੇਖੋ ਇੱਦਾਂ ਚੰਗਾ ਨਹੀਂ ਹੁੰਦਾ ਗਾ,
ਵੀ ਮੇਰਾ ਤਾਂ ਸਾਲ ਪਹਿਲਾਂ ਬੇਟਾ ਵੀ ਮਰ ਲਿਆ, ਕੁਛ ਮਹੀਨੇ ਪਹਿਲਾਂ ਮਰਿਆ ਸੀਗਾ ਉਸ ਟਾਈਮ ਡੈਥ ਹੋਈ ਸੀ ਬ੍ਰਦਰ ਦੀ। ਕੀ ਜਿਹਦੇ ਨਾਲ ਮੈਰਿਜ ਹੋਈ ਸੀ ਲੜਕੇ ਦਾ ਕੀ ਨਾਂ ਸੀ? ਉਹਦਾ ਨਾਂ ਜਸ਼ਨਪ੍ਰੀਤ ਸਿੰਘ। ਉਹਦੇ ਪਿਤਾ ਜੀ? ਹਰਦੀਪ ਸਿੰਘ ਸੋਹੀ। ਹੈ ਨਹੀਂ? ਨਹੀਂ, ਉਹ ਐਕਸਪਾਇਰ ਹੋ ਗਈ ਸੀਗਾ 6 ਮਹੀਨੇ ਪਹਿਲਾਂ, 7 ਮਹੀਨੇ ਪਹਿਲਾਂ। ਅੱਛਾ। ਉਹ ਆਪਣੇ ਹੋ ਗਈ ਸੀ 1 ਨਵੰਬਰ ਨੂੰ ਡੈਥ ਹੋਈ ਸੀ ਉਹਨਾਂ ਦੀ, ਅਤੇ ਕੁਛ ਫਿਰ ਕੁਛ ਮਹੀਨੇ ਪਹਿਲਾਂ ਹੀ ਡੈਥ ਹੋਈ ਸੀਗੀ। ਉਹ ਸਾਡੇ ਕੋਲ ਚਲੋ ਇੱਕਣਾ ਕਰਕੇ ਰਿਸ਼ਤਾ ਆ ਗਿਆ ਸੀਗਾ ਵੀ ਚਲੋ ਘਰ ਦਾ ਮਾਹੌਲ ਚੇਂਜ ਹੋਜੂਗਾ, ਬੱਚਿਆਂ ਦਾ ਵੀ ਦਿਲ ਲੱਗ ਜੂਗਾ ਵੀ ਚਲੋ। ਅਸੀਂ ਤਾਂ ਇਸ ਮਸਲੇ ਪਿੱਛੇ ਹਾਮੀ ਭਰ ਬੈਠੇ ਸੀਗੇ, ਅਸੀਂ ਕੋਈ ਉਹਨਾਂ ਪਿੱਛੇ ਪੁੱਛ ਗਿੱਛ ਬਿਨਤੀ ਕਰੀ ਵੀ ਚਲੋ ਜਿਹਨਾਂ ਖਿਲਾਫ਼ ਮਾਮਲਾ ਦਰਜ ਕਿਸੇ ਪੁਲਿਸ ਨੇ ਕੀਤਾ, ਪੁਲਿਸ ਨੇ ਕਿਸੇ ਨੇ ਕਾਰਵਾਈ ਕੀਤੀ? ਹਾਂਜੀ, ਉਹਨਾਂ ਦੇ 6 ਦੇ ਖਿਲਾਫ਼ ਆ ਜੀ। ਹੁਣ ਕੁੜੀ ਦੇ ਫਾਦਰ ਸਾਹਿਬ ਚੱਕੇ ਹੋਏ ਨੇ ਸਰਹੰਦ ਥਾਣੇ ਦੇ ਵਿੱਚ ਉਹ, ਅਤੇ ਬਾਕੀ ਉਹਨਾਂ ਨੇ ਚੱਕਣ ਜਾਣਾ ਜੇ। ਸਾਨੂੰ ਤਾਂ ਹੁਣ ਇਹੀ ਹੈ ਜੀ, ਚਲੋ ਅਸੀਂ ਕਰਜ਼ਾ ਚੱਕ ਕੇ ਬਹੂ ਬਾਹਰ ਭੇਜੀ ਸੀਗੀ, ਠੀਕ ਹੈ, ਕੁਛ ਪੈਸੇ ਸਾਨੂੰ ਸਾਡੇ ਬ੍ਰਦਰ ਨੇ ਵੀ ਇਨਵੈਸਟ ਕੀਤੇ ਹੋਏ ਸੀਗੇ। ਸਾਨੂੰ ਤਾਂ ਇਹ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਰਕਾਰ ਨੂੰ, ਅਸੀਂ ਇਹੀ ਅਪੀਲ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਹੈਗਾ। ਹਾਂਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਸੰਦੀਪ ਸਿੰਘ ਜੀ। ਕੀ ਨਾਮ ਤੇਰਾ? ਮੇਰਾ ਨਾਮ ਜਸਪ੍ਰੀਤ ਕੌਰ ਹੈ। ਕੀ ਹੋਇਆ ਜਿਵੇਂ ਤੁਹਾਡੇ ਦਾਦਾ ਜੀ ਨੇ ਖੁਦਕੁਸ਼ੀ ਕਰਨੀ ਪਈ, ਕੀ ਹੋ ਗਿਆ? ਮੇਰੇ ਫਾਦਰ ਦੀ ਡੈਥ ਹੋ ਗਈ ਸੀ 1 ਨਵੰਬਰ ਨੂੰ, ਅਤੇ ਉਹਨਾਂ ਦੀ ਡੈਥ ਤੋਂ ਬਾਅਦ 2022 ਨੂੰ, ਅਤੇ ਉਹ ਤੋਂ ਬਾਅਦ ਡੈਥ ਤੋਂ ਬਾਅਦ ਚਲੋ ਸਾਨੂੰ ਇਹ ਸੀ ਕਿ ਘਰ ਦਾ ਮਾਹੌਲ ਚੇਂਜ ਹੋਊਗਾ, ਅਤੇ ਵੀਰ ਜੀ ਦੀ ਅਸੀਂ ਮੈਰਿਜ ਕਰ ਮਤਲਬ ਰਿਸ਼ਤਾ ਵਗੈਰਾ ਆਇਆ ਸਾਡੇ ਕੋਲ, ਰਿਸ਼ਤਾ ਆਉਣ ਤੋਂ ਬਾਅਦ ਚਲੋ ਅਸੀਂ ਮੈਰਿਜ ਵਗੈਰਾ ਉਹ ਕਰੀ। ਸਾਨੂੰ ਚਲੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਸਾਰਾ ਕੁਛ ਕਰਾਂਗੇ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਸਾਡੇ ਫਾਦਰ ਦੀ ਡੈਥ ਹੋ ਗਈ, ਸਾਡੇ ਸਿਰ 'ਤੇ ਕੋਈ ਉਹ ਨਹੀਂ ਹੈਗਾ। ਚਲੋ ਫਿਰ ਵੀ ਇਹਨਾਂ ਨੂੰ ਅਸੀਂ ਉਹ ਕਰਿਆ, ਕਰਜ਼ਾ ਵਗੈਰਾ ਚੱਕਿਆ, ਜੋ ਕੁਛ ਪੈਸੇ ਸੀਗੇ ਪਾਪਾ ਨੇ ਜੋੜੇ ਹੋਏ ਸੀ ਉਹ ਰੱਖੇ, ਉਸ ਤੋਂ ਬਾਅਦ ਕਰਕੇ ਚਲੋ ਉਹਨੂੰ ਕੁੜੀ ਨੂੰ ਬਾਹਰ ਭੇਜਤਾ। ਭੇਜਣ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਜਦੋਂ ਗੱਲਬਾਤ ਨਹੀਂ ਕੀਤੀ ਹੈਗੀ ਤਾਂ ਬਹੁਤ ਜ਼ਿਆਦਾ ਸਾਰੇ ਟੈਨਸ਼ਨ 'ਚ ਰਹਿਣ ਲੱਗ ਗਏ। ਵੀਰ ਜੀ ਵੀ ਬਹੁਤ ਜ਼ਿਆਦਾ ਉਹ ਕਰਨ ਲੱਗ ਗਏ ਕਿ ਇਹ ਤਾਂ ਸਾਡੇ ਨਾਲ ਜਮਾਂ ਹੀ ਨਹੀਂ ਗੱਲਬਾਤ ਕਰ ਰਹੇ। ਉਹਨਾਂ ਨਾਲ ਗੱਲਬਾਤ ਵੀ ਕੀਤੀ ਕਿ ਚਲੋ ਸਾਡੇ ਨਾਲ ਗੱਲਬਾਤ ਕਰਾਓ ਕੁੜੀ ਦੀ, ਉਹ ਮੰਨੇ ਨਹੀਂ ਹੈਗੇ, ਕਹਿੰਦੇ ਸਾਡੀ ਕੁੜੀ ਦਾ ਤਾਂ ਜੀ ਨਹੀਂ ਕਰਦਾ, ਬਸ ਉਹ ਇਹੀ ਕਹੀ ਜਾਂਦੇ ਸੀ ਹਰੇਕ ਨੂੰ। ਉਸ ਤੋਂ ਬਾਅਦ ਜਦੋਂ ਦਾਦਾ ਜੀ ਉਹਨਾਂ ਨੇ ਵੀ ਬਹੁਤ ਗੱਲਬਾਤ ਕੀਤੀ, ਦਾਦਾ ਜੀ ਨੇ ਕਿਹਾ ਕਿ ਹੈ ਨਾ ਇਹ ਪਹਿਲਾਂ ਹੀ ਵਿਚਾਰੇ ਉਹ ਨੇ, ਸਾਡੇ ਤਾਂ ਪਹਿਲਾਂ ਹੀ ਨਹੀਂ ਹੈਗਾ ਪੁੱਤ, ਇੰਨੇ ਮਹੀਨੇ ਹੋ ਗਏ ਕਿ ਡੈਥ ਹੋਈ ਨੂੰ, ਉਹਨਾਂ ਦੀ ਵੀ ਨਹੀਂ ਸੁਣੀ ਹੈਗੀ, ਉਹਨਾਂ ਦੀ ਟੈਨਸ਼ਨ ਕਰਕੇ ਤਾਂ ਉਹਨਾਂ ਨੇ ਉਹ ਕਰ ਲਿਆ, ਖੁਦਕੁਸ਼ੀ ਕੀਤੀ ਆ। ਪਰ ਸਾਨੂੰ ਤਾਂ ਇਹੀ ਪ੍ਰਸ਼ਾਸਨ ਤੋਂ ਇਹੀ ਚਾਹੀਦਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਚਮਕੌਰ ਸਿੰਘ ਗੱਗੀ ਦੀ ਰਿਪੋਰਟ।